ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ। ਅੱਜ ਅਸੀਂ ਮਿਸ਼ਨ ਸਮਰੱਥ ਦੇ ਤਹਿਤ ਵਰਕਸ਼ੀਟ ਨੰਬਰ 25 ਕਰਾਂਗੇ, ਜੋ ਕਿ ਮੈਥ ਦੇ ਸਟੱਡੀ ਮਟੀਰੀਅਲ ਦੇ ਰਿਗਾਰਡਿੰਗ ਹੈ, 6ਵੀਂ ਤੋਂ 8ਵੀਂ ਕਲਾਸ ਤੱਕ। ਇਹਦੇ ਵਿੱਚ ਭਿੰਨਾਂ ਦੇ ਰਿਗਾਰਡਿੰਗ ਪ੍ਰਸ਼ਨ ਨੇ, ਤਾਂ ਸ਼ੁਰੂ ਕਰਦੇ ਹਾਂ। ਪਿਛਲੇ 23-24 ਜੋ ਵਰਕਸ਼ੀਟ ਸੀ, ਉਹ 'ਚ ਵੀ ਤੁਹਾਨੂੰ ਭਿੰਨਾਂ ਦੇ ਬਾਰੇ ਦੱਸਿਆ ਸੀ। ਹੁਣ ਅਸੀਂ ਅੱਜ ਵਰਕਸ਼ੀਟ ਨੰਬਰ 25 ਕਰਦੇ ਹਾਂ। ਖਾਲੀ ਥਾਵਾਂ ਨੇ, ਉਚਿਤ ਸੰਖਿਆ ਭਰਨੀ ਹੈ ਇਹਦੇ ਵਿੱਚ। ਇਹਨੂੰ ਅਸੀਂ ਡਿਵਾਈਡ ਕੀਤਾ 3 5 15, 3 8 24, ਇੱਥੇ 8 ਆਏਗਾ, ਬਰਾਬਰ ਆ ਗਿਆ। ਇੱਥੇ 35 ਹੈ ਅਤੇ ਇੱਥੇ 4 ਹੈ, ਇਹਨੂੰ ਸੇਮ ਕਰਨਾ ਹੈ। 5 7 35 ਅਤੇ 5 4 20, ਇੱਥੇ 20 ਆਏਗਾ। ਇੱਥੇ ਅਸੀਂ ਹੁਣ ਕਿੱਦਾਂ ਕਰਾਂਗੇ, ਥੱਲੇ 12 ਹੈ ਅਤੇ ਉੱਪਰ 5 ਹੈ, ਇਹਨੂੰ ਅਸੀਂ ਬਾਰਾਂ ਪੰਜ ਸੱਤ ਚਾਰ ਪੰਜ ਵੀਹ, ਹਾਂਜੀ ਇੱਥੇ ਅਸੀਂ ਕਰ ਦਾਂਗੇ 12, ਇੱਥੇ ਅਸੀਂ ਕਰਾਂਗੇ 24/10, ਨਹੀਂ 48/10 ਕਰਾਂਗੇ। ਪਹਿਲੇ ਆਏਗਾ ਕੱਟ ਕੇ 24, ਫਿਰ ਆਏਗਾ ਕੱਟ ਕੇ 12, ਫਿਰ ਆਏਗਾ ਇੱਥੇ ਥੱਲੇ 48। 9/13, 52 ਦੇ ਬਰਾਬਰ ਕਿੱਦਾਂ ਕਰਨਾ, 13 6 52, ਅਤੇ 9 3 27, ਅਤੇ 13 6 52 ਆ ਗਿਆ, ਅਤੇ 9 6 36 ਆ ਗਿਆ, 36 ਆਏਗਾ ਇੱਥੇ। ਇਸ ਤਰ੍ਹਾਂ ਕਰਾਂਗੇ। ਅੱਗੇ ਅਸੀਂ ਕਰਾਂਗੇ ਜੀ, ਇਹਦੇ 'ਚ ਪੁੱਛਿਆ ਜੀ ਚਿੱਤਰ ਦਾ 5/8 ਭਾਗ 'ਚ ਕਲਰ ਕਰਨਾ, 8 ਹੈ ਇਹਦੇ ਵਿੱਚ, 5 ਨੂੰ ਕਲਰ ਕਰਨਾ 1 2 3 4 5, ਇੱਦਾਂ ਇਹਦੇ ਵਿੱਚ ਵੀ ਅਸੀਂ 5 ਨੂੰ ਕਲਰ ਕਰਨਾ 1 2 3 4 5, ਇਹਨੂੰ ਚੰਗੀ ਤਰ੍ਹਾਂ ਕਲਰ ਕਰ ਦਾਂਗੇ। 2/7 ਦੀਆਂ 5 ਤੁਲ ਭਿੰਨਾਂ, ਇੱਕੋ ਜਿਹੀਆਂ ਭਿੰਨਾਂ, ਮਤਲਬ ਭਿੰਨ ਅਲੱਗ ਹੁੰਦੀ ਪਰ ਇਹਨਾਂ ਦਾ ਆਨਸਰ ਸੇਮ ਹੋਣਾ ਚਾਹੀਦਾ। ਜਿੱਦਾਂ ਉਹਨੂੰ ਕਰਦੇ ਹਾਂ 6/16, 2 3 6 ਆ ਗਿਆ, 2 8 16 ਆ ਗਿਆ, 9/24, 4 3 12, 4 8 32, 3 5 15, ਅਤੇ 8 5 40, ਇਸ ਤਰ੍ਹਾਂ ਆ ਜਾਏਗਾ। ਉਹਦੇ ਬਾਅਦ ਵਰਕਸ਼ੀਟ ਨੰਬਰ 25 ਦੇ ਵਿੱਚ ਅਸੀਂ ਕਰਾਂਗੇ। ਸੋ ਇਹ ਜਿਹੜਾ ਪਿੱਛੇ ਸੀ, ਇਹਨੂੰ ਵੀ ਅਸੀਂ ਇੱਦਾਂ ਕਰਕੇ ਦੇਖ ਸਕਦੇ ਹਾਂ, ਇਹਨੂੰ ਡਬਲ ਕਰ ਲਈਏ ਵਾਰ ਵਾਰ। ਜਿਹਦੇ ਇੱਥੇ 4/2 2 4, 2 7 14, ਫਿਰ 2 3 6, ਅਤੇ 3 7 21, 2 6 8, 7 6 28, ਉਹਦੇ ਬਾਅਦ 2 5 10, 7 5 35, 2 6 12, ਅਤੇ 7 6 42, ਇਸ ਤਰ੍ਹਾਂ ਅਸੀਂ ਇਹਨੂੰ ਕਰਨਾ ਜਿਹੜਾ ਪਿੱਛੇ। ਉਹਦੇ ਬਾਅਦ ਆ ਜਾਓ ਜੀ ਅੱਗੇ ਤੁਸੀਂ ਦੂਸਰਾ ਪਾਰਟ ਵਰਕਸ਼ੀਟ ਨੰਬਰ 25 ਦਾ। ਇਹਦੇ ਵਿੱਚ ਕਿਹੜੀ ਵੱਡੀ ਪਿੰਨ ਹੈ ਜਾਂ ਕਿਹੜੀ ਬਰਾਬਰ, ਉਹ ਦੱਸਣੀ ਹੈ। ਵੱਡੀ ਪਿੰਨ ਹੁੰਦੀ ਹੈ ਜਿਹਦਾ ਅੰਸ਼ ਵੱਡਾ ਹੁੰਦਾ ਅਤੇ ਹਾਰ ਛੋਟਾ ਹੁੰਦਾ। ਸੋ ਇਹਦੇ ਵਿੱਚ ਦੋਵਾਂ ਦੇ ਵਿੱਚ ਅੰਸ਼ ਹਾਰ ਛੋਟਾ ਕਿਹਦਾ ਆ, ਇਹਦਾ ਆ,
ਅਤੇ ਇਸ ਲਈ ਇਹ ਵੱਡੀ ਪਿੰਨ ਆਏਗੀ 5/8, ਇਹਦੇ ਵਿੱਚ ਇਹ ਵੱਡੀ ਪਿੰਨ ਆਏਗੀ 7/9, ਇਹਦੇ ਵਿੱਚ ਸਾਡੀ ਵੱਡੀ ਪਿੰਨ ਆਏਗੀ ਇਹਦੇ ਹਿਸਾਬ ਦੇ ਨਾਲ ਅੰਸ਼ ਦੇ ਹਿਸਾਬ ਨਾਲ ਹਾਰ ਬਹੁਤ ਵੱਡਾ ਹੈ, ਇਹਦੇ ਵਿੱਚ 2/5 ਆਏਗੀ। ਠੀਕ ਹੈ ਜੀ, ਤੋ ਇਸ ਤਰੀਕੇ ਨਾਲ ਅਸੀਂ ਇਹਨੂੰ ਲਿਖ ਸਕਦੇ ਹਾਂ ਜੀ। ਇੱਥੇ ਤੁਸੀਂ ਇਹਦਾ ਜਵਾਬ ਲਿਖ ਦੇਣਾ ਥੱਲੇ, ਇਹਦਾ ਆਏਗਾ 5/8, ਇਹਦਾ ਆਏਗਾ 7/9, ਇਹਦਾ ਆਏਗਾ ਜੀ 2/5। ਅੱਗੇ ਦੇਖੋ ਜੀ, ਇਹਦੇ 'ਚ ਵੱਡੀ ਛੋਟੀ ਜਾਂ ਬਰਾਬਰ ਦੱਸਣੀ ਹੈ। ਇਹਦੇ ਵਿੱਚ ਇਹ ਵੱਡੀ ਪਿੰਨ ਹੈ 3/8, 1/8 ਨਾਲੋਂ ਇਹ ਦੋਨੇ ਬਰਾਬਰ ਹੈ। ਇਹਦੇ 1/2, ਇਹ ਵੀ 1/2, ਇਹ ਆ ਗਿਆ ਬਰਾਬਰ। ਹੇਠ ਦਿੱਤੀਆਂ ਦੀਆਂ ਤੁਲ ਪਿੰਨਾਂ ਲਿਖਣੀਆਂ 3/8 ਦੇ ਹਿਸਾਬ ਦੇ ਨਾਲ। ਪਹਿਲੀ ਆ ਜਾਏਗੀ 6/16, ਤੀਸਰੀ ਆ ਜਾਏਗੀ 18/24, ਸੋਰੀ ਇੱਕ ਮਿੰਟ ਰੁਕੋ, ਇਹਨੂੰ ਕਰੀਏ 3 × 6, 8 × 16, 3 × 3 9, 3 × 8 24, 6 × 2 = 6, 3 × 3 = 9, 3 × 5 = 15, 8 × 5 = 40, ਅਤੇ 3 × 6 = 18, ਅਤੇ 8 × 6 = 48, 3 × 7 = 21, ਅਤੇ 8 × 7 = 56। ਇੱਦਾਂ ਇਸੇ ਤਰ੍ਹਾਂ 3/4 ਨੂੰ ਲਿਖ ਸਕਦੇ ਹਾਂ, 3 × 6 = 8, 3 × 3 = 9, 3 × 6 = 12, 3 × 5 = 15, 4 × 5 = 20, 3 × 6 = 18, 6 × 6 = 24, 3 × 7 = 21, 7 × 6 = 28, 3 × 5 = 3 × 7 = 21 ਆ ਗਿਆ, 3 × 8 = 24 ਆ ਗਿਆ, ਅਤੇ 8 × 6 = 32 ਆ ਗਿਆ। ਇਸ ਤਰ੍ਹਾਂ ਕਰਾਂਗੇ। ਡੀਟੇਲ 'ਚ ਅਸੀਂ ਵਰਕਸ਼ੀਟ ਨੰਬਰ 25 ਕਰਵਾਈ, ਉਮੀਦ ਕਰਦਾ ਸਮਝ ਆ ਗਈ ਹੋਗੀ। ਅੱਗੇ ਅਸੀਂ ਵਰਕਸ਼ੀਟ ਨੰਬਰ 26 ਕਰਾਂਗੇ। ਧੰਨਵਾਦ।